ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਸ ਵੀਡੀਓ 'ਚ ਮੈਂ ਨਰਮੇ ਦੀ ਫਸਲ ਬਾਰੇ ਡਿਟੇਲ 'ਚ ਜਾਣਕਾਰੀ ਸਾਂਝੀ ਕੀਤੀ ਹੈ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰ ਕਿਰਪਾ ਕਰਕੇ ਪੂਰੀ ਵੀਡੀਓ ਸੁਣ ਲਿਓ ਕਿਉਂਕਿ ਇਹਦੇ ਵਿੱਚ ਮੈਂ ਯੂਰੀਆ ਆਪਾਂ ਕਿੰਨੇ ਦਿਨਾਂ 'ਚ ਕਦੋਂ ਤੱਕ ਪੂਰੀ ਕਰਨੀ ਹੈ ਵੱਧ ਫੁੱਲ ਫਲਾਕਾ ਲੈਣ ਵਾਸਤੇ ਕਿਹੜੀਆਂ ਸਪਰੇਆਂ ਕਰਨੀਆਂ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਵਾਸਤੇ ਕੀ ਕਰਨਾ ਬਰਸਾਤਾਂ ਦੇ ਮੌਸਮ ਵਿੱਚ ਉੱਲੀ ਰੋਗਾਂ ਦੇ ਹਮਲੇ ਤੋਂ ਰੋਕਣ ਵਾਸਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਪਲੱਸ ਜਿਹੜਾ ਇੱਕ ਪੈਰਾਵਲਟ ਹੁੰਦੀ ਹੈ ਜਾਂ ਕੀੜੇ ਮਕੌੜਿਆਂ ਦੀ ਰੋਕਥਾਂ ਵਾਸਤੇ ਪੂਰੇ ਡਿਟੇਲ ਦੇ ਵਿੱਚ ਨੁਕਤੇ ਮੈਂ ਸਾਂਝੇ ਕੀਤੇ ਕਿ ਨਰਮੇ ਦੀ ਫਸਲ ਤੋਂ ਆਪਾਂ ਵੱਧ ਤੋਂ ਵੱਧ ਝਾੜ ਕਿਸ ਤਰ੍ਹਾਂ ਲੈ ਸਕਦੇ ਹਾਂ ਖਰਚੇ ਨੂੰ ਕਾਬੂ ਚ ਰੱਖ ਕੇ ਤੇ ਵਾਧੂ ਆਪਾਂ ਨੂੰ ਜਿਹੜੇ ਖਰਚੇ ਦੀ ਜਰੂਰਤ ਨਾ ਪਵੇ ਟਾਈਮਲੀ ਆਪਾਂ ਜਿਹੜੀਆਂ ਉਹਦੇ ਵਿੱਚ ਸਪ੍ਰੇਆਂ ਜਾਂ ਖਾਦਾਂ ਜਾਂ ਤਤਾਂ ਵਾਲੀ ਸਪਰੇ ਕਰੀਏ ਜਿਹੜੇ ਨਾਲ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਵੀਡੀਓ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਤੱਕ ਵੱਧ ਤੋਂ ਵੱਧ ਕਿਸਾਨ ਵੀਰੋ ਪਹੁੰਚਣੀ ਚਾਹੀਦੀ ਹੈ ਤਾਂ ਕਿ ਉਹ ਉਹ ਵੀ ਆਪਣੇ ਨਾਲ ਜੁੜਨ ਕਿਉਂਕਿ ਨਰਮੇ ਬਾਰੇ ਜਿਹੜੇ ਜਾਦਾ ਸਵਾਲ ਨਹੀਂ ਆਪਣੇ ਕੋਲੇ ਆਉਂਦੇ ਪਰ ਮੈਂ ਵੀਡੀਓ ਇਹ ਜਿਹੜੀ ਡਿਟੇਲ ਚ ਸਾਊ ਤੋਂ ਪਹਿਲਾਂ ਗੱਲ ਕਰੀਏ ਕਿਸਾਨ ਵੀਰੋ ਨਾਈਟ੍ਰੋਜਨ ਖਾਦ ਹੈ ਜਿਹੜੀ ਯੂਰੀਆ ਕਿਉਂਕਿ ਜਿਹੜਾ ਹੈਗਾ ਆਪਾਂ ਫਾਸਫੋਰਸ ਤੱਤ ਦੇਣਾ ਜਾਂ ਤੁਸੀਂ ਕੋਈ ਪੋਟਾਸ਼ ਦੇਣਾ ਜਾਂ ਬੋਰੋਨ ਦੇਣੀ ਆ ਜਾਂ ਕੋਈ ਹੋਰ ਜਿਹਦੇ ਵਿੱਚ ਕੈਲਸ਼ੀਅਮ ਸਲਫਰ ਹੁੰਦਾ ਜਿਵੇਂ ਸੁਪਰ ਖਾਦ ਪਾਉਨੇ ਆਪਾਂ ਉਹ ਜਿਹੜੀ ਬਿਜਾਈ ਸਮੇ ਪਾ ਦਿੰਨੇ ਡ੍ਰਿਲ ਕਰ ਦਿੰਨੇ ਜਾਂ ਯੂਰੀ ਇਹਦਾ ਪੋਟਾਸ਼ ਦਾ ਛੱਟਾ ਦੇ ਦਿੰਨੇ ਉਸ ਤੋਂ ਬਾਅਦ ਯੂਰੀਆ ਦੀ ਗੱਲ ਹੁੰਦੀ ਹੈ ਯੂਰੀਆ ਕਿਸਾਨ ਵੀਰੋ ਆਪਾਂ ਇਹਦਾ ਅੱਧੀ ਯੂਰੀਆ ਤਾਂ ਆਪਾਂ ਪਾਉਣੀ ਹੁੰਦੀ ਹੈ ਜਦੋਂ ਬੂਟੇ ਵਿਰਲੇ ਕਰਨੇ ਆ ਉਸ ਸਮੇਂ ਬੂਟੇ ਵਿਰਲ ਕਰਕੇ ਜਦੋਂ ਪਾਣੀ ਲਾਉਣੇ ਉਦੋਂ ਅੱਧੀ ਯੂਰੀਆ ਜਦੋਂ ਫੁੱਲ ਪੈਣੇ ਸ਼ੁਰੂ ਹੁੰਦੇ ਨਰਮੇ ਦੀ ਫਸਲ ਨੂੰ ਉਦੋਂ ਆਪਾਂ ਪਾਉਣੀ ਹੁੰਦੀ ਹੈ ਲਾਜ਼ਮੀ ਕੁਝ ਕਿਸਾਨ ਵੀਰਾਂ ਜਿਹੜੀ ਫੁੱਲਾਂ ਟਾਈਮ ਜਿਹੜੀ ਯੂਰੀਆ ਉਹ ਸਕਿੱਪ ਕਰ ਦਿੰਦੇ ਆ ਉਹਦੇ ਨਾਲ ਜਿਹੜੀ ਬੂਟੇ ਦੇ ਫਸਲਾਂ ਦੇ ਵਾਧੇ ਤੇ ਤੇ ਫੁੱਲ ਫਲਾਕੇ ਦੇ ਵਿੱਚ ਫਰਕ ਪੈਂਦਾ ਏਦੋਂ ਬਾਅਦ ਜਦੋਂ ਫੁੱਲ ਪੈਣੇ ਸ਼ੁਰੂ ਹੋ ਗਏ ਨਰਮੇ ਦੀ ਫਸਲ ਦੇ ਵਿੱਚ ਆਪਾਂ 13-0-45 ਦੀਆਂ 4 ਸਪਰੇਆਂ ਹਫ਼ਤੇ ਹਫ਼ਤੇ ਤੇ ਕਰਨੀਆਂ 2% ਸੋਲੂਸ਼ਨ ਮਤਲਬ ਕਿ ਜੇ 100 ਲੀਟਰ ਪਾਣੀ ਲਾਉਣਾ ਤਾਂ ਤੁਸੀਂ ਉਹਦੇ ਵਿੱਚ ਜਿਹੜਾ 2 ਕਿਲੋ ਜਿਹੜਾ 13045 ਸਪਰੇ ਕਰਨੀ ਹੈ ਜੇ 200 ਲੀਟਰ ਪਾਣੀ ਲੱਗਦਾ ਤਾਂ 4 ਕਿਲੋ 13045 ਪ੍ਰਤੀ ਏਕੜ ਆਪਾਂ ਜਿਹੜੀ ਹੈਗੀ ਹੈ ਸਪਰੇ ਕਰਨੀ ਹੈ ਤੇ ਚਾਰ ਸਪਰੇ ਹਫਤੇ ਹਫਤੇ ਦੇ ਵਕਫੇ ਤੇ ਕਰਨੀ ਹੈ ਜਦੋਂ ਫੁੱਲ ਪੈਣੇ ਸ਼ੁਰੂ ਹੋ ਗਏ ਇਹਦੇ ਨਾਲ ਤੁਸੀਂ ਦੇਖੋਗੇ ਫੁੱਲ ਫਲ ਇੰਨਾ ਜ਼ਿਆਦਾ ਆਊਗਾ ਕਿ ਤੁਹਾਨੂੰ ਜਿਹੜਾ ਬੜਾ ਵਧੀਆ ਦੇ ਟਾਪ ਦਾ ਚਾਰ ਜਿਹੜਾ ਹੈਗਾ ਨਰਮੇ ਦੀ ਫਸਲ ਤੋਂ ਮਿਲੇਗਾ ਕਈ ਵਾਰ ਫੁੱਲ ਪੈਣ ਸਮੇਂ ਨਾਲ ਪੱਤਿਆਂ ਦੇ ਉੱਤੇ ਲਾਲੀ ਆ ਜਾਂਦੀ ਹੈ ਜਿਹੜੇ ਲਾਲ ਪੱਤੇ ਹੋ ਜਾਂਦੇ ਆ ਕਿਨਾਰਿਆਂ ਤੋਂ ਜਾਂ ਸਾਰੇ ਪੱਤੇ ਕਈ ਵਾਰ ਲਾਲੀ ਦੇ ਵਿੱਚ ਆ ਜਾਂਦੇ ਆ ਇਹ ਪੱਤੇ ਜੇ ਲਾਲ ਹੋਣ ਦੀ ਸਮੱਸਿਆ ਹੋਵੇ ਤਾਂ ਤੁਸੀਂ 1% ਮੈਗਨੀਸ਼ੀਅਮ ਸਲਫੇਟ 9.5% ਆਉਂਦਾ ਇਹ ਤੁਸੀਂ 1 ਕਿਲੋ 100 ਲੀਟਰ ਪਾਣੀ ਮਗਰ ਜਿਹੜੀ ਸਪਰੇਅ ਕਰ ਦੇਣੀ ਹੈ ਤੇ 15 ਦਿਨ ਦੇ ਵਕਫੇ ਤੇ ਦੁਬਾਰਾ ਸਪਰੇਅ ਕਰ ਦੇਣੀ ਮਤਲਬ ਦੋ ਸਪਰੇਆਂ ਕਰਨੀਆਂ ਤੇ ਪੱਤਿਆਂ ਦੀ ਲਾਲੀ ਜਿਹੜੀ ਉਹ ਗਾਇਬ ਹੋ ਜਾਊਗੀ ਤੇ ਬੂਟੇ ਵਧੀਆ ਹਰੇ ਭਰੇ ਹੋ ਜਾਣਗੇ ਇਸ ਤੋਂ ਬਾਅਦ ਆਉਂਦਾ ਜਦੋਂ ਮੀਂਹ ਦਾ ਮੌਸਮ ਅੱਗੇ ਜਾ ਕੇ ਸ਼ੁਰੂ ਹੁੰਦਾ ਤਾਂ ਭਾਰੀਆਂ ਜ਼ਮੀਨਾਂ ਖਾਸ ਤੌਰ ਤੇ ਉੱਥੇ ਜਿਹੜਾ ਹੈਗਾ ਬੂਟਿਆਂ ਦੀ ਗਰੋਥ ਬੜੀ ਜ਼ਿਆਦਾ ਹੋ ਜਾਂਦੀ ਹੈ। ਪਤਰਾਲ ਵੱਧ ਜਾਂਦਾ ਪੱਤੇ ਤੇ ਜਿਹੜੀ ਟਾਹਣੀਆਂ ਦੀ ਗਰੋਥ ਜ਼ਿਆਦਾ ਹੋ ਜਾਂਦੀ ਹੈ ਛਤਰੀ ਸੰਘਣੀ ਹੋ ਜਾਂਦੀ ਹੈ। ਸੰਘਣੀ ਛਤਰੀ ਹੋਣ ਕਾਰਨ ਥੱਲੇ ਤਾਂ ਹੀ ਜਿਹੜੀ ਸੂਰਜ ਦੀ ਰੋਸ਼ਨੀ ਤੇ ਹਵਾ ਨਹੀਂ ਜਾਂਦੀ। ਜਿਹਦੇ ਨਾਲ ਥੱਲੇ ਜਿਹੜੀਆਂ ਹੈਗੀਆਂ ਫੁੱਲ ਡੌਡੀਆਂ ਤੇ ਫੁੱਲ ਫਾਲਾ ਜਾਂ ਟਿੰਡੇ ਆ ਉਹ ਥੱਲੇ ਘੱਟ ਲੱਗਦੇ ਜਾਂ ਝੜਨ ਲੱਗ ਪੈਂਦੇ ਆ ਤੇ ਜਿਹਦੇ ਨਾਲ ਜਿਹੜਾ ਹੈਗਾ ਝਾੜ ਘਟ ਜਾਂਦਾ। ਸੋ ਅਣਚਾਹੇ ਵਾਧੇ ਨੂੰ ਰੋਕਣ ਵਾਸਤੇ ਜੇ ਪਿਛਲੇ ਸਾਲ ਵੀ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਤਾਂ ਆਪਾਂ ਭਜਾਈ ਤੋਂ 60 ਦਿਨ ਤੇ ਤੇ ਉਦੋਂ 15 ਦਿਨ ਬਾਅਦ 75 ਦਿਨ ਤੇ ਆਪਾਂ 300 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਚਮਤਕਾਰ ਸਪਰੇ ਆਉਂਦੀ ਹੈ ਗ੍ਰੋਥ ਰਿਟਾਰਡੈਂਟ ਹੈ ਇਹ ਇੱਕ ਮੈਪੀਕਵਾਡ ਕਲੋਰਾਇਡ 5% ਮੈਪੀਕਵਾਡ ਕਲੋਰਾਇਡ 5% ਜਿਹਨੂੰ ਚਮਤਕਾਰ ਬ੍ਰਾਂਡ ਨੇਮ ਵੀ ਆਉਂਦਾ 300 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ 50 ਤੋਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀਆਂ ਇਹਦੀਆਂ ਦੋ ਸਪਰੇਆਂ ਕਰਨੀਆਂ ਇੱਕ ਬਜਾਈ ਤੋਂ 60 ਦਿਨ ਤੇ ਇੱਕ 75 ਦਿਨ ਤੇ ਬੂਟਿਆਂ ਦੇ ਵਿੱਚ ਅਣਚਾਹਿਆ ਵਾਧਾ ਨਹੀਂ ਹੋਊਗਾ ਫਲ ਫਲ ਪੂਰਾ ਲੱਗੂਗਾ ਤੇ ਜਿਹਦੇ ਨਾਲ ਝਾੜ ਵਧੂਗਾ ਆਮ ਤੌਰ ਤੇ ਕਿਸਾਨ ਵੀਰ ਇਹਦੇ ਵਿੱਚ ਵੀ ਜਿਹੜਾ ਕਈ ਵਾਰ ਇਹ ਆਪਾਂ ਸਕਿਪ ਕਰ ਜਾਂਦੇ ਨੇ ਨਹੀਂ ਇਹ ਸਪਰੇਅ ਕਰਦੇ ਸੋ ਇਹ ਜ਼ਰੂਰੀ ਹੈ ਕਈ ਥਾਵਾਂ ਤੇ ਜਿਹੜੇ ਜਿੰਨਾ ਕਿਸਾਨ ਵੀਰਾਂ ਕੋਲੇ ਪਾਣੀ ਦਾ ਬਹੁਤਾ ਪ੍ਰਬੰਧ ਹੈ ਨਹੀਂ ਨਹਿਰੀ ਪਾਣੀ ਵਰਤਦੇ ਆ ਜਾਂ ਮੀਂਹ ਤੇ ਨਿਰਭਰ ਹੈ ਜਿਆਦਾਤਰ ਤਾਂ ਵੈਸੇ ਹੁਣ ਪਾਣੀ ਜਿਹੜਾ ਹੈਗਾ ਲੱਗਦਾ ਇਰੀਗੇਟਿਡ ਕੰਡੀਸ਼ਨ ਹੀ ਹੁੰਦੀ ਹੈ ਪਰ ਫਿਰ ਵੀ ਜਿੱਥੇ ਇਰੀਗੇਸ਼ਨ ਆਪਾਂ ਪਾਣੀ ਵੀ ਲਾਉਨੇ ਆ ਤਾਂ ਉੱਥੇ ਵੀ ਆਪਾਂ ਨੂੰ ਜਿਹੜੀ ਜ਼ਿਆਦਾ ਔੜ ਨਹੀਂ ਫਸਲ ਨੂੰ ਲਵਾਉਣੀ ਚਾਹੀਦੀ ਜਿਵੇਂ ਹੁਣ ਤਾਪਮਾਨ ਉੱਚਾ ਜਾ ਰਿਹਾ ਜੇ ਆਪਾਂ ਜ਼ਿਆਦਾ ਔੜ ਲਵਾ ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਐ ਔੜ ਲੱਗਣ ਤੋਂ ਬਾਅਦ ਜਦੋਂ ਆਪਾਂ ਭਾਰਾ ਪਾਣੀ ਲਾ ਦਈਏ ਜਾਂ ਤਾਂ ਜਾਂ ਮੀਂਹ ਪੈ ਜਾਏ ਭਾਰਾ ਉਹਦੇ ਨਾਲ ਕੀ ਆਉਂਦਾ ਹੈ ਕਿ ਬੂਟੇ ਆ ਜਿਹੜੇ ਪੱਤੇ ਉਹਦੇ ਅਚਾਨਕ ਮਰ ਜਾ ਜਾਂਦੇ ਬੂਟਿਆਂ ਦੇ ਖੜੇ ਖੜਿਆਂ ਦੇ ਤੇ ਪੱਤੇ ਆ ਜਿਹੜੇ ਝੜ ਜਾਂਦੇ ਆ ਪਹਿਲਾਂ ਸ਼ੁਰੂ ਦੇ ਵਿੱਚ ਜੜ ਵੀ ਠੀਕ ਰਹਿੰਦੀ ਪਰ ਜੇ ਇਹ ਜਿਆਦਾ ਲੰਮਾ ਸਮਾਂ ਆਪਾਂ ਇਹਦੀ ਕੇਅਰ ਨਾ ਕਰੀਏ ਤਾਂ ਬੂਟੇ ਆ ਜਿਹੜੇ ਸੁੱਕ ਵੀ ਸਕਦੇ ਆ ਇਹ ਜਦੋਂ ਹੀ ਆਪਾਂ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਕਿ ਔੜ ਲੱਗਣ ਤੋਂ ਬਾਅਦ ਜਾਂ ਆਪਾਂ ਪਾਣੀ ਦੇ ਵਿੱਚ ਜਿਆਦਾ ਗੈਪ ਪਾਤਾ ਤੇ ਪਾਣੀ ਲਾਇਆ ਜਾਂ ਮੀਂਹ ਪੈ ਗਿਆ ਇਹ اچانک ਬੂਟੇ ਦੇ ਪੱਤੇ ਮਰ ਜਾਗੇ ਤਾਂ ਤੁਰੰਤ ਜਿਹੜਾ ਕਵਾਲਟ ਕੋਲਰਾਇਡ ਹੈ 10 ਮਿਲੀਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰ ਦੇਣੀ ਹੈ ਕਿਉਂਕਿ ਜੇ ਜ਼ਿਆਦਾ ਮਰ ਜਾਗੇ ਪੱਤੇ 24 ਘੰਟਿਆਂ ਤੋਂ ਵੱਧ ਸਮਾਂ ਲੰਘ ਗਿਆ ਭੰਜਾਇਆਂ ਨੂੰ ਤਾਂ ਫੇਰ ਇਹ ਜਿਹੜੀ ਦੁਆਰਾ ਇਹ ਸਪਰੇਅ ਅਸਰ ਨਹੀਂ ਕਰਦੀ ਤੇ ਬੂਟੇ ਆ ਜਿਹੜੇ ਪੱਕੇ ਤੌਰ ਤੇ ਸੁੱਕ ਜਾਂਦੇ ਇਹਦੇ ਨਾਲ ਵੀ ਆਪਣਾ ਝਾੜ ਕੱਟਦਾ ਸੋ ਇਹ ਗੱਲ ਦਾ ਖਿਆਲ ਰੱਖਣਾ ਆਮ ਤੌਰ ਤੇ ਇਹ ਸਮੱਸਿਆ ਆਉਂਦੀ ਹੈ ਜਦੋਂ ਔੜ ਤੋਂ ਬਾਅਦ ਮੀਂਹ ਪਵੇ ਜਾਂ ਆਪਾਂ ਜਿਹੜਾ ਪਾਣੀ ਗੈਪ ਪਾਦ ਲਾਈਏ ਉੱਚ ਤਾਪਮਾਨ ਦੇ ਵਿੱਚ ਇਹ ਖਿਆਲ ਰੱਖਣਾ ਫੇਰ ਜਿਹੜਾ ਪਾਣੀ ਦੀ ਘਾਟ ਆਪਾਂ ਫਸਲ ਦੇ ਵਿੱਚ ਨਹੀਂ ਆਉਣੀ ਨਹੀਂ ਕਿਸਾਨ ਵੀਰ ਨੂੰ ਨਰਮੇ ਦੀ ਫਸਲ ਵਿੱਚ ਖਾਸ ਤੌਰ ਤੇ ਜਿਵੇਂ ਹੁਣ ਬੀਟੀ ਕਿਸਮਾਂ ਨੇ ਚੱਲਦੀਆਂ ਨੇ ਤਾਂ ਉਹਦੇ ਵਿੱਚ 4 ਤੋਂ 6 ਪਾਣੀ ਤਕਰੀਬਨ ਲੱਗਦੇ ਪਹਿਲਾ ਪਾਣੀ ਆਪਾਂ 4 ਤੋਂ 6 ਹਫ਼ਤੇ ਤੇ ਲਾਉਣਾ ਹੁੰਦਾ ਉਦੋਂ ਬਾਅਦ ਜਿਹੜੇ ਹੈਗੇ 2-3 ਹਫ਼ਤਿਆਂ ਦੇ ਗੈਪ ਤੇ ਜ਼ਰੂਰਤ ਅਨੁਸਾਰ ਜਿਹੜਾ ਆਪਾਂ ਪਾਣੀ ਲਾਉਂਦੇ ਰਹਿਣਾ ਰੇਤលੀਆਂ ਜ਼ਮੀਨਾਂ ਨੇ ਜਾਂ ਜਿੱਥੇ ਵਟਾਂ ਦੇ ਉੱਤੇ ਆਪਾਂ ਨਰਮਲ ਆਇਆ ਉੱਥੇ ਜੇ ਜ਼ਰੂਰਤ ਆ ਤਾਂ ਆਪਾਂ ਪਹਿਲਾਂ ਵੀ ਪਾਣੀ ਜਿਹੜਾ 2-3 ਹਫ਼ਤੇ ਦੇ ਗੈਪ ਤੋਂ ਪਹਿਲਾਂ ਵੀ ਲਾ ਸਕਦੇ ਆ ਤੇ ਫੁੱਲ ਜਦੋਂ ਪੈਣੇ ਸ਼ੁਰੂ ਹੁੰਦੇ ਆ ਫਲ ਫਲ ਪੈਣਾ ਸ਼ੁਰੂ ਹੁੰਦਾ ਉਦੋਂ ਆਪਾਂ ਪਾਣੀ ਦੀ ਘਾਟ ਨਹੀਂ ਫਸਲ ਨੂੰ ਆਉਣ ਦੇਣੀ ਜੇ ਪਾਣੀ ਦੀ ਘਾਟ ਆ ਗਈ ਤਾਂ ਫਿਰ ਜਿਹੜੇ ਹੈਗੇ ਆ ਫੁੱਲ ਤੇ ਟੀਂਡੇ ਕਈ ਵਾਰ ਝੜਨ ਲੱਗ ਪੈਂਦੇ ਆ ਤੇ ਉਹਦੇ ਨਾਲ ਝਾੜ ਕਾਫੀ ਘਟ ਜਾਂਦਾ ਇਹ ਗੱਲ ਦਾ ਵੀ ਆਪਾਂ ਖਿਆਲ ਰੱਖਣਾ ਹੈ ਤੇ ਜਿੱਥੇ ਜ਼ਿਆਦਾ ਤੁਸੀਂ ਜਿਹੜਾ ਨਹਿਰੀ ਪਾਣੀ ਤੇ ਨਰਪਾਰਾ ਨਹਿਰੀ ਬੰਦੀ ਹੋ ਗਈ ਜਾਂ ਜਿਹੜਾ ਮੀਨ ਹੀ ਪਿਆ ਤੇ ਪਾਣੀ ਦੀ ਘਾਟ ਆ ਗਈ ਉੱਥੇ ਤੁਸੀਂ ਨਰਮੇ ਨੂੰ ਜਿਹੜੀ ਗਰਮੈਸ਼ ਦੇ ਨੁਕਸਾਨ ਨੂੰ ਘਟ ਕਰਨ ਵਾਸਤੇ ਤੁਸੀਂ 1.5 ਗ੍ਰਾਮ ਸੈਲਿਸਿਲਿਕ ਐਸਿਡ ਇਹ ਤੁਸੀਂ ਆਮ ਜਿਹੜਾ ਹੈਗਾ ਜਿੱਥੇ ਕੀਟਨਾਸ਼ਕ ਦੀਆਂ ਦਵਾਈਆਂ ਨਰਮੇ ਬਾਰੇ ਜਿੱਥੋਂ ਜਿਹੜੀਆਂ ਹੈਗੀਆਂ ਕੀਟਨਾਸ਼ਕ ਤੋਂ ਉਹਨੂੰ ਮਿਲਦੀਆਂ ਉੱਥੋਂ ਮਿਲ ਸਕਦਾ ਜਾਂ ਤੁਸੀਂ ਆਨਲਾਈਨ ਲੈ ਸਕਦੇ ਹੋ 1.5 ਗ੍ਰਾਮ ਸੈਲਿਸਿਲਿਕ ਐਸਿਡ ਨੂੰ 375 ਮਿਲੀਲੀਟਰ 에ਥਾਈਲ ਅਲਕੋਹਲ ਦੇ ਵਿੱਚ ਘੋਲ ਕੇ ਆਪਾਂ 125 ਲੀਟਰ ਪਾਣੀ 'ਚ ਪਾ ਕੇ ਇਹਨੂੰ ਆਪਾਂ ਸਪਰੇਅ ਕਰ ਦੇਣਾ 1.5 ਗ੍ਰਾਮ ਸੈਲਿਸਿਲ ਇਥੇ ਐਥਾਈਲ ਐਲਕੋਲ ਇਹਨੂੰ ਆਪ 125 ਲੀਟਰ ਪਾਣੀ ਦੇ ਵਿੱਚ ਪ੍ਰਤੀ ਏਕੜ ਕੋਲ ਕੇ ਜਿਹੜੀ ਇਹਦੀ ਸਪਰੇਅ ਕਰਨੀ ਇਹਦੇ ਨਾਲ ਜਿਹੜੀ ਹੈਗੀ ਆ ਗਰਮੈਸ਼ ਤੋਂ ਔੜ ਦੇ ਸਮੇਂ ਦੇ ਵਿੱਚ ਜਿਹੜੀ ਨਰਮੇ ਦੀ ਫਸਲ ਦੇ ਉੱਤੇ ਬੜਾ ਵਧੀਆ ਇਹ ਅਸਰ ਕਰਦਾ ਜਿਹਦੇ ਨਾਲ ਝਾੜ ਠੀਕ ਰਹਿੰਦਾ ਪਰ ਜੇ ਆਪਣੇ ਪਾਣੀ ਲੱਗਦਾ ਆਪਣੇ ਕੋਲ ਪਾਣੀ ਅਵੇਲੇਬਲ ਹੈਗਾ ਬੋਰ ਦਾ ਜਾਂ ਨਾਲ ਨਹਿਰੀ ਫਿਰ ਕੋਈ ਬਹੁਤੀ ਜ਼ਰੂਰਤ ਨਹੀਂ ਇਹਦੀ ਹੁੰਦੀ ਫਿਰ ਆਉਂਦਾ ਕਿਸਾਨ ਵੀਰੋ ਜਿਹੜਾ ਬਰਸਾਤ ਦੇ ਮੌਸਮ ਦੇ ਵਿੱਚ ਖਾਸ ਤੌਰ ਤੇ ਜੋ ਮੀਂਹ ਪੈਣੇ ਅੱਗੇ ਸ਼ੁਰੂ ਹੋਣਗੇ ਹਮਸਪਰਿਆ ਮੌਸਮ ਹੋਊਗਾ ਉੱਚ ਤਾਪਮਾਨ ਤੇ ਹਮਸ ਉਦੋਂ ਜਿਹੜਾ ਹੈ ਉੱਲੀ ਰੋਗ ਖਾਸ ਤੌਰ ਤੇ ਪੱਤਿਆਂ ਦੇ ੱੱਬਿਆਂ ਦੇ ਰੋਗ ਜਾਂ ਬੈਕਟੀਰੀਅਲ ਬਲਾਈਟ ਇਹ ਵੀ ਜਿਹੜੀ ਹੈਗੀ ਬੂਟਿਆਂ ਦੇ ਉੱਤੇ ਨਰਮੇ ਦੀ ਫਸਲ ਤੇ ਅਸਰ ਜਿਹੜਾ ਅਟੈਕ ਕਰ ਦਿੰਦੀਆਂ ਤਾਂ ਫਿਰ ਆਪਾਂ ਇੱਕ ਦੂਜੇ ਅਲਟਰਨੇਟਿਵਲੀ ਜਿਹੜੀਆਂ ਸਪਰੇਆਂ ਕਰਨੀਆਂ ਜਾਂ ਤਾਂ ਆਪਾਂ ਕਰ ਸਕਦੇ ਹਾਂ ਜੇ ਬੈਕਟੀਰੀਅਲ ਬਲਾਈਟ ਦੀ ਸਮੱਸਿਆ ਆਉਂਦੀ ਹੈ ਜਿਹਦੇ ਵਿੱਚ ਪੱਤੇ ਆ ਜਿਹੜੇ ਕਾਫੀ ਉਹ ਦਾਗੀ ਹੋ ਕੇ ਤੇ ਸਾਈਡਾਂ ਤੋਂ ਵੀ ਸੁੱਕਣ ਲੱਗ ਪੈਂਦੇ ਆ ਤੇ ਪੱਤੇ ਕਾਫੀ ਜ਼ਿਆਦਾ ਥੱਲੇੋਂ ਪਹਿਲਾਂ ਸ਼ੁਰੂ ਹੁੰਦੇ ਆ ਤੇ ਉਹਨਾਂ ਤੇ ਉੱਲੀ ਰੋਗ ਵੀ ਗ로우 ਕਰ ਜਾਂਦੇ ਬਾਅਦ ਦੇ ਵਿੱਚੋਂ ਤਾਂ ਉਹਦੇ ਵਾਸਤੇ ਆਪਾਂ ਇੱਕ ਸਪਰੇ ਬਲਾਈਟੋਕਸ ਅੱਧਾ ਕਿਲੋ 500 ਗ੍ਰਾਮ ਪਲੱਸ 20 ਗ੍ਰਾਮ ਸਟੈਪਟੋਸਾਈਕਲਿਨ ਇੱਕ ਸਪਰੇ ਕਰਨੀਏ ਉਦੋਂ 8-10 ਦਿਨ ਬਾਅਦ ਫੇਰ ਆਪਾਂ ਜੇ ਪੱਤੇਆਂ ਤੇ ੱਬਿਆਂ ਦਾ ਰੋਗ ਹੈ ਤਾਂ ਫੇਰ ਆਪਾਂ 200 ਐਮਐਲ ਜਾਂ ਤਾਂ ਜਿਹੜੀ ਹੈਗੀ ਐਮੀ ਸਟਾਰ ਕਰ ਸਕਦੇ ਜਿਹਦੇ ਵਿੱਚ ਆਜੋਕਸੀਸਟੋਬਨ ਤੇ ਡਾਈਫਨਕੋਨੋਜੋਲ ਹੁੰਦਾ ਜਾਂ ਤੁਸੀਂ ਹੋਰ ਕੋਈ ਵੀ ਗਰੁੱਪ ਜੀ ਦੇ ਵਿੱਚ ਆਜੋਕਸੀਸਟੋਬਨ ਜਾਂ ਟਾਈਫੈਨਕੋਨਾਜੋਲ ਆ ਜਾਂ ਜਿਹੜਾ ਹੈਗਾ ਕੋਈ ਹੋਰ ਟੈਕਨੀਕਲ ਟ੍ਰਾਈਜ਼ੋਲ ਗਰੁੱਪ ਦਾ ਕੋਈ ਵੀ ਹੋਵੇ ਉਹ ਤੁਸੀਂ ਸਪਰੇ ਜਿਹੜੀ ਹੈਗੀ ਆ 200 ਤੋਂ 250 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜੰਗਰਾਮਾ ਦਾ ਜੇ ਪਾਊਡਰ ਫਾਰਮ ਚ ਦਾ ਗ੍ਰਾਮਾ ਚ 200 ਲੀਟਰ ਪਾਣੀ ਦੇ ਵਿੱਚ ਕੋਲ ਕੇ ਇਹ 8-10 ਦਿਨ ਦੇ ਗੈਪ ਤੇ 3-4 ਸਪਰੇਆਂ ਲਾਜ਼ਮੀ ਦੇ ਦੇਣੀਆਂ ਇਹਦੇ ਨਾਲ ਜਿਹੜੇ ਬੈਕਟੀਰੀਅਲ ਬਲਾਈਟ ਤੇ ਜਿਹੜਾ ਹੈਗਾ ਉੱਲੀ ਰੋਗਾਂ ਤੋਂ ਜਿਹੜੀ ਫਸਲ ਦੀ ਬਚਤ ਰਹੇਗੀ ਤੇ ਝਾੜ ਵਧੀਆ ਰਹੇਗਾ ਕਈ ਵਾਰ ਚਿੱਟੀ ਮੱਖੀ ਦਾ ਜਾਂ ਤੇਲੇ ਦਾ ਹਮਲਾ ਹੋਣ ਨਾਲ ਵੀ ਜਿਹੜਾ ਹੈਗਾ ਕਿਉਂਕਿ ਉਹ ਪੱਤਿਆਂ 'ਚੋਂ ਰਾਸ ਚੂਸਦੇ ਆ ਤੇ ਇੱਕ ਸ਼ਹਿਦ ਨੁਮਾ ਜਿਹੜਾ ਆ ਉਹਦਾ ਮਲ ਮੂਤਰ ਆ ਪੱਤਿਆਂ ਦੇ ਉੱਤੇ ਛੱਡਦੇ ਆ ਜਿਹਦੇ ਨਾਲ ਕਿ ਪੱਤਿਆਂ ਦੇ ਉੱਤੇ ਕਾਲੇ ਰੰਗ ਦੀ ਉੱਲੀ ਗਰੋ ਕਰ ਜਾਂਦੀ ਇਹਦੇ ਨਾਲ ਵੀ ਉੱਲੀ ਰੋਗਾਂ ਦਾ ਹਮਲਾ ਜਿਹੜਾ ਹੋ ਜਾਂਦਾ ਸੋ ਇਹਦੇ ਕਰਕੇ ਜੇ ਚਿੱਟੀ ਮੱਖੀ ਦਾ ਹਮਲਾ ਆ ਜਾਂ ਤੇਲੇ ਦਾ ਹਮਲਾ ਆ ਜਾਂ ਥ੍ਰਿਪ ਦਾ ਹਮਲਾ ਹੈ ਤਾਂ ਉਹਦੇ ਵਾਸਤੇ ਕੀਟਨਾਸ਼ਕ ਜਿਹੜੇ ਹੈਗੇ ਨੋਟ ਕਰ ਲਓ ਚਿੱਟੀ ਮੱਖੀ ਦਾ ਅਟੈਕ ਜੇ ਨਜ਼ਰ ਆਉਂਦਾ ਕਿਸਾਨ ਵੀਰੋ ਪ੍ਰਤੀ ਇੱਕ ਪੱਤੇ ਮਗਰ ਜੇ 6-6 ਤੁਹਾਨੂੰ ਬਾਲਗ ਜਾਂ ਬੱਚੇ ਨਜ਼ਰ ਆਉਂਦੇ ਆ ਚਿੱਟੀ ਮੱਖੀ ਦੇ ਤੁਸੀਂ ਅਸ਼ੀਨ ਜੀ ਡਾਈਨੇਟਿਵ ਫਰੋਨਾ ਵੀ ਐਸ ਜੀ ਇਹ 60 ਗ੍ਰਾਮ ਪ੍ਰਤੀ ਏਕੜ ਅਸ਼ੀਨ ਕਰ ਸਕਦੇ ਹੋ ਸਪਰੇ ਜਾਂ ਉਲਾਲਾ ਦਵਾਈ ਹੈ ਜਿਹਦੇ ਜਿਹੜੀ ਹੈਗੀ ਫਲੋਨਿਕਾ ਮੈਡ ਟੈਕਨੀਕਲ ਹੁੰਦਾ 50 ਡਬਲਯੂ ਜੀ ਇਹ 80 ਗ੍ਰਾਮ ਆਪਾਂ ਕਰ ਸਕਦੇ ਹਾਂ ਉਲਾਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਅਪਲੋਡ ਦਵਾਈ ਹੈ ਜਿਹਦੇ ਵਿੱਚ ਬੋਪਰੋ ਹੈਜਨ ਟੈਕਨੀਕਲ ਹੁੰਦਾ 400 ਮੀਲੀਲੀਟਰ ਪ੍ਰਤੀ ਏਕੜ ਕਰ ਸਕਦੇ ਆ ਜਾਂ ਫਾਸਮਾਈਟ ਹੈ ਜਿਹੜੀ ਇੱਥੇ ਆਉਣ ਦਵਾਈ ਹੈ 50 ਸੀ 800 ਐਮ ਐਲ ਪ੍ਰਤੀ ਏਕੜ ਆਪਾਂ ਸਪਰੇ ਕਰ ਸਕਦੇ ਜਾਂ ਡੈਂਟ ਆਉਟਸੂ ਜਿਹੜੀ ਹੈਗੀ ਐ ਕਲੋਥੀਨ ਡੀਨ ਡੈਨ ਹੈਗੀ ਐ 20 ਗ੍ਰਾਮ ਪ੍ਰਤੀ ਇਕੜ ਡੈਂਟ ਟਟਸੂ ਆਪਾਂ ਦਵਾਈ ਜਿਹੜੀ ਹੈਗੀ ਐ ਸਪਰੇਅ ਕਰ ਸਕਦੇ ਆ ਤੇ ਜੇ ਤੇਲੇ ਦਾ ਹਮਲਾ ਤਾਂ ਆਪਾਂ ਉਸ਼ੀਨ ਤੇ ਉਲਾਲਾ ਨਾਲ ਤੇਲਾ ਤੇ ਚਿੱਟੀ ਮੱਖੀ ਦੋਵੇਂ ਕਾਬੂ ਹੁੰਦੇ ਆ ਪਰ ਇਹ ਟੈਕਨੀਕਲ ਆਪਾਂ ਬਦਲ ਕੇ ਸਪਰੇਅ ਕਰਨੇ ਉਹੀ ਨਹੀਂ ਵਾਰ-ਵਾਰ ਕਰਨੇ ਜਾਂ ਨਿਓਨ ਜਿਹੜੀ ਦਵਾਈ ਇਹਦੇ ਵਿੱਚ ਫੈਨਪਾਇਰੋ ਕਲਾਈਮੇਟ ਜਿਹੜੀ ਹੈਗੀ ਟੈਕਨੀਕਲ 5 ਈਸੀ ਇਹ 300 ਐਮਐਲ ਪ੍ਰਤੀ ਇਕੜ ਕਰ ਸਕਦੇ ਆ ਜਾਂ ਕੀਫਨ 15 ਈਸੀ ਹੈ ਜਿਹਦੇ ਵਿੱਚ ਟੈਕਨੀਕਲ ਹੈਗਾ ਟਾਲ ਫੈਨ ਸਪਾਇਰ ਡੈਨ ਇਹ ਆਪਾਂ 300 ਐਮਐਲ ਪ੍ਰਤੀ ਏਕੜ ਇਹ ਆਪਾਂ ਕੀਫਨ ਜਿਹੜਾ ਇਹ ਜਿਹੜਾ ਕੀਟਨਾਸ਼ਕ ਇਹ ਸਪਰੇ ਕਰ ਸਕਦੇ ਆ ਜੇ ਥ੍ਰਿਪ ਦਾ ਹਮਲਾ ਤਾਂ ਤੁਸੀਂ ਡੈਲੀਗੇਟ ਜਿਹੜੀ ਹੈਗੀ ਹੈ ਕੀਟਨਾਸ਼ਕਾ ਜਿਹੜੀ ਸਪਾਈ ਨੋਟ੍ਰਮ ਟੈਕਨੀਕਲ ਹੁੰਦਾ 11.780 ਇਹ ਆਪਾਂ 170 ਮੀਲੀਲੀਟਰ ਡੈਲੀਗੇਟ ਕਰ ਸਕਦੇ ਜਾਂ ਪ੍ਰਫੀਨੋ ਫਾਸ ਹੈ ਜਿਹੜੀ 500 ਐਮਐਲ ਪ੍ਰਤੀ ਏਕੜ ਸਪਰੇ ਕਰ ਸਕਦੇ ਜਿਹਦੇ ਨਾਲ ਥ੍ਰਿਪ ਦੇ ਹਮਲੇ ਤੋਂ ਆਪਾਂ ਨੂੰ ਕੰਟਰੋਲ ਮਿਲੂਗਾ ਤੋ ਇਹ ਜਿਹੜੀਆਂ ਹੈਗੀਆਂ ਕਿਸਾਨ ਵੀਰੋ ਜਿਹੜੇ ਟੈਕਨੀਕਲ ਆਪਾਂ ਕਿ ਜਰਾਸ ਚੂਸਕ ਕੀੜੇ ਤੇ ਨਾਲ ਜਿਹੜੇ ਹੈਗੇ ਆ ਉੱਲੀ ਰੋਗਾਂ ਤੋਂ ਹਮਲੇ ਵਾਸਤੇ ਆਪਾਂ ਜਿਹੜੇ ਹੈਗੇ ਆ ਇਹ ਟੈਕਨੀਕਲ ਸਪਰੇ ਕਰਨੇ ਆ ਤਾਂ ਕਿ ਇਹਨਾਂ ਤੋਂ ਆਪਣੀ ਫਸਲ ਆ ਜਿਹੜੀ ਉਹ ਬਚਾ ਰਵੇ ਤੇ ਜੇ ਆਪਾਂ ਰਸ ਚੂਸਕ ਕੀੜੇ ਤੇ ਉੱਲੀ ਰੋਗਾਂ ਤੋਂ ਫਸਲ ਨੂੰ ਬਚਾ ਲਾਂਗੇ ਤਾਂ ਆਪਣੀ ਫਸਲ ਦਾ ਜਿਹੜਾ ਝਾੜ ਉਹ ਬਿਲਕੁਲ ਨਹੀਂ ਘਟੇਗਾ ਮੇਨ ਆਪਾਂ ਖਿਆਲ ਰੱਖਣਾ ਕਿ ਜਿਹੜੀਆਂ ਸਪਰੇਆਂ ਆਪਾਂ ਜ਼ਰੂਰਤ ਅਨੁਸਾਰ ਕਰਨੀਆਂ ਨੇ ਜਿਹਦੇ ਵਿੱਚ ਅਣਚਾਹੇ ਵਾਧੇ ਨੂੰ ਰੋਕਣਾ ਤੇ ਨਾਲ ਜਿਹੜਾ ਹੈਗਾ 13045 ਦੀਆਂ ਸਪਰੇਆਂ ਕਰਨੀਆਂ ਨਾਲ ਉਲੀ ਨਾਸ਼ਕ ਦੀਆਂ ਸਪਰੇਆਂ ਕਰਨੀਆਂ ਇਹ ਆਪਾਂ ਜਿਹੜਾ ਹੈਗਾ ਇੱਕ ਸ਼ਡਿਊਲ ਬਣਾ ਕੇ 5 5 7 7 ਦਿਨ ਦੇ ਗੈਪ ਤੇ ਜਦੋਂ ਫੁੱਲ ਫਲਾਕਾ ਸ਼ੁਰੂ ਹੋ ਗਿਆ ਉਦੋਂ ਤੋਂ ਆਪਾਂ ਇਹ ਸਪਰੇਆਂ ਮਿਸ ਨਹੀਂ ਕਰਨੀਆਂ ਤੇ ਫਿਰ ਆਪਣੀ ਜੇ ਫਸਲ ਦੇ ਵਿੱਚ ਉਲੀ ਰੋਗ ਬੈਕਟੀਰੀਆ ਲੋਗ ਜਾਂ ਜਿਹੜੇ ਹੈਗੇ ਆ ਕੀੜੇ ਮਕੌੜੇ ਦਾ ਹਮਲਾ ਨਹੀਂ ਹੋਊਗਾ ਤਾਂ ਆਪਣੀ ਫਸਲ ਦਾ ਝਾੜ ਬੜਾ ਵਧੀਆ ਹੋਊ ਪਲੱਸ ਜਿਹੜੇ ਹੈਗੇ ਫੁੱਲ ਫਲਾਕੇ ਵਾਸਤੇ ਜਿਹੜੀ 13045 ਆ ਤੁਸੀਂ ਤਿੰਨ ਤੋਂ ਚਾਰ ਜਿਸਪ੍ਰੇਆਂ ਕਰੋਗੇ ਤਾਂ ਤੁਸੀਂ ਜਿਹੜਾ ਰਿਜ਼ਲਟ ਦੇਖ ਕੇ ਅਗਲੀ ਵਾਰ ਤੁਸੀਂ ਪਹਿਲਾਂ ਹੀ ਜਦੋਂ ਫੁੱਲ ਪੈਣੇ ਸ਼ੁਰੂ ਹੋਏ ਤਾਂ ਆਪਣੇ ਆਪ ਹੀ ਜਿਹੜੀ 13045 ਦੀ ਸਪਰੇ ਕਰਦੇ ਰਹੋਗੇ ਕਿਉਂਕਿ ਇਹਦੇ ਨਾਲ ਫੁੱਲ ਫਲ ਬੜਾ ਆਉਂਦਾ ਨਾਲ ਦੀ ਨਾਲ ਟੀਂਡੇ ਬਣੀ ਜਾਂਦੇ ਆ ਜਦੋਂ ਇੱਕ ਵਾਰ ਟੀਂਡੇ ਜਿਹੜੇ ਬਣ ਕੇ ਪੱਕ ਜਾਂਦਾ ਤਾਂ ਉਹ ਸਮਝ ਲਓਗੇ ਆਪਣਾ ਕਿਤੇ ਨਹੀਂ ਜਾਂਦਾ ਉਹ ਆਪਣੇ ਝਾੜ ਦੇ ਵਿੱਚ ਵਾਧਾ ਕਰਨ ਦੇ ਵਿੱਚ ਜਿਹੜਾ ਹੈਗਾ ਪੂਰਾ ਹੀ ਸਹਾਈ ਹੁੰਦਾ ਹੈ ਇਸ ਤੋਂ ਇਲਾਵਾ ਜੇ ਕਿਤੇ ਹੋਰ ਕੋਈ ਕਿਸੇ ਕਿਸਮ ਦੀ ਤੁਹਾਨੂੰ ਨਰਮੇ ਦੀ ਫਸਲ 'ਚ ਸਮੱਸਿਆ ਹੈਗੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵੱਧ ਤੋਂ ਵੱਧ ਜਿਹੜੇ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਤਾਂ ਹੀ ਪਹੁੰਚਾ ਦਿਓ ਤਾਂ ਕਿ ਆਪਾਂ ਨੂੰ ਜਿਹੜੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਪਤਾ ਲੱਗੇ ਤੇ ਉਹਦਾ ਆਪਾਂ ਹੱਲ ਦੱਸ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਧੰਨਵਾਦ